ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਦੀਪਿਕਾ ਖੋਸਲਾ। ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਪੰਚਾਇਤੀ ਚੋਣਾਂ ਦੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ। ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਕੱਲ ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ 15 ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਔਰ ਉਸ ਦੀਆਂ ਤਿਆਰੀਆਂ ਜੋ ਨੇ ਉਹ ਜ਼ੋਰਾਂ ਸ਼ੋਰਾਂ 'ਤੇ ਵਿੱਢ ਦਿੱਤੀਆਂ ਗਈਆਂ ਨੇ ਔਰ ਇਸ ਸਭ ਦੇ ਵਿਚਾਲੇ ਵਿਰੋਧੀ ਧਿਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ। ਜੀ ਹਾਂ, ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਵਾਲ ਖੜ੍ਹੇ ਕੀਤੇ ਗਏ ਸੀ। ਬੰਟੀ ਰੋਮਾਣਾ ਦੇ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਧਾਂਦਲੀ ਜੋ ਹੈ ਉਹ ਪੰਚਾਇਤੀ ਚੋਣਾਂ ਦੇ ਵਿੱਚ ਸਰਕਾਰ ਕਰ ਰਹੀ ਹੈ, ਉਹਦੇ ਲਈ ਰਣਨੀਤੀਆਂ ਵੀ ਉਲੀਕੀਆਂ ਜਾ ਰਹੀਆਂ ਨੇ ਔਰ ਹੁਣ ਜਦੋਂ ਤਰੀਕਾ ਦਾ ਐਲਾਨ ਹੋ ਚੁੱਕਿਆ ਹੈ ਤਾਂ ਉਸ ਤੋਂ ਬਾਅਦ ਪਰਮਿੰਦਰ ਢੀਂਡਸਾ ਦੇ ਵੱਲੋਂ ਔਰ ਅਰਸ਼ਦੀਪ ਕਲੇਰ ਹੁਣਾਂ ਦੇ ਵੱਲੋਂ ਮਾਨ ਸਰਕਾਰ ਦੇ ਉੱਤੇ ਧੋਖਾਧੜੀ ਦੇ ਇਲਜ਼ਾਮ ਜੋ ਨੇ ਉਹ ਲਗਾਏ ਜਾ ਰਹੇ ਨੇ ਔਰ ਪਰਮਿੰਦਰ ਢੀਂਡਸਾ ਨੇ ਤਾਂ ਇੱਥੋਂ ਤੱਕ ਦਾਅਵਾ ਕਰ ਦਿੱਤਾ ਕਿ ਜੇਕਰ ਚੋਣਾਂ ਦੇ ਵਿੱਚ ਅਜਿਹੀ ਧਾਂਦਲੀ ਹੀ ਕਰਨੀ ਹੈ ਤਾਂ ਫਿਰ ਵੋਟਾਂ ਪਵਾਉਣ ਦਾ ਕੀ ਫਾਇਦਾ, ਫਿਰ ਤਾਂ ਉੱਦਾਂ ਹੀ ਜਿੱਤ ਆਪਣੇ ਨਾਮ ਸਰਕਾਰ ਕਰਵਾ ਸਕਦੀ ਹੈ। ਤਾਂ ਕਹਿ ਸਕਦੇ ਆ ਨਾਰਾਜ਼ਗੀ ਜੋ ਹੈ ਉਹ ਵਿਰੋਧੀ ਧਿਰਾਂ ਦੇ ਵੱਲੋਂ ਵਿਅਕਤ ਕੀਤੀ ਜਾ ਰਹੀ ਹੈ, ਨਾਲ ਦੇ ਨਾਲ ਅੰਦਰਲੇ ਭੇਤ ਖੋਲਦੇ ਹੋਏ ਵੀ ਵਿਰੋਧੀ ਨਜ਼ਰ ਆ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਸਭ ਤੋਂ ਜ਼ਿਆਦਾ ਰੌਲਾ ਜੋ ਪਿਆ ਹੈ ਉਹ ਰਿਜ਼ਰਵੇਸ਼ਨ ਨੂੰ ਲੈ ਕੇ ਪਿਆ ਹੈ ਕਿ ਰਿਜ਼ਰਵ ਸੀਟਾਂ ਨੂੰ ਲੈ ਕੇ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਕਿ ਕਿੱਥੇ ਜਨਰਲ ਕੈਟਾਗਰੀ ਦਾ ਕੈਂਡੀਡੇਟ ਮੈਦਾਨ 'ਚ ਉਤਰ ਸਕਦਾ ਹੈ, ਕਿੱਥੇ ਰਿਜ਼ਰਵ ਸੀਟ ਹੋਏਗੀ, ਕਿੱਥੇ ਕਿਸੇ ਮਹਿਲਾ ਨੂੰ ਸੀਟ ਦਿੱਤੀ ਜਾਏਗੀ, ਉੱਥੋਂ ਉਮੀਦਵਾਰ ਮਹਿਲਾ ਉਤਾਰੀ ਜਾ ਸਕਦੀ ਹੈ। ਅਜਿਹੀ ਕੋਈ ਲਿਸਟ ਸਾਹਮਣੇ ਨਹੀਂ ਆਈ, ਉਸ ਨੂੰ ਲੈ ਕੇ ਵਿਵਾਦ ਜੋ ਹੈ ਉਹ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਉਸੇ ਨੂੰ ਲੈ ਕੇ ਸਰਕਾਰ ਨੂੰ ਸਵਾਲ ਵਿਰੋਧੀ ਧਿਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਉੱਤੇ ਸਰਕਾਰ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ, ਨਾ ਹੀ ਕਿਸੇ ਮੰਤਰੀ ਵਿਧਾਇਕ ਦੇ ਵੱਲੋਂ ਜੋ ਹੈ ਉਹ ਕਿਸੇ ਤਰ੍ਹਾਂ ਦਾ ਕੋਈ ਬਿਆਨ ਦਿੱਤਾ ਗਿਆ ਹੈ। ਲੇਕਿਨ ਵਿਰੋਧੀ ਧਿਰਾਂ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਇਸ ਮੁੱਦੇ ਨੂੰ ਉਭਾਰਿਆ ਜਾ ਰਿਹਾ ਹੈ ਔਰ ਇਸ ਮਾਮਲੇ ਦੇ ਉੱਤੇ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ। ਕੀ ਕੁਛ ਕਹਿ ਰਹੇ ਨੇ ਪਰਮਿੰਦਰ ਢੀਂਡਸਾ ਤੇ ਅਰਸ਼ਦੀਪ ਕਲੇਰ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਟੇਟ ਇਲੈਕਸ਼ਨ ਕਮਿਸ਼ਨ ਨੇ ਬੜੇ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਹੈ। ਅਸੀਂ ਜਿੱਥੇ ਇਹਦਾ ਸਵਾਗਤ ਕਰਦੇ ਹਾਂ, ਉੱਥੇ ਇੱਕ ਅੱਜ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਚੋਣਾਂ ਦਾ ਐਲਾਨ ਤਾਂ ਹੋ ਗਿਆ ਪਰ ਇਲੈਕਸ਼ਨ ਕਮਿਸ਼ਨ ਨੇ ਅਤੇ ਸਰਕਾਰ ਨੇ ਕੋਈ ਜਿਹੜੀ ਰਿਜ਼ਰਵੇਸ਼ਨ ਹੈ ਉਹਦੀ ਕੋਈ ਅੱਜ ਤੱਕ ਨੋਟੀਫਿਕੇਸ਼ਨ ਕਿਸੇ ਦਿਨ ਨੂੰ ਮਿਲੀ ਨਹੀਂ। ਇਹ ਹੈਰਾਨੀ ਦੀ ਗੱਲ ਹੈ ਵੀ ਦੋ ਦਿਨ ਤੋਂ ਬਾਅਦ ਕਾਗਜ਼ ਭਰਨੇ ਹੈ, ਹਜੇ ਕਿਸੇ ਨੂੰ ਨਹੀਂ ਪਤਾ ਵੀ ਕਿਹੜੇ ਪਿੰਡ ਰਿਜ਼ਰਵ ਹੋਏ ਨੇ, ਕਿਹੜੇ ਜਨਰਲ ਨੇ, ਕਿੱਥੇ ਲੇਡੀਜ਼ ਰਿਜ਼ਰਵ ਹੈ। ਅਤੇ ਮੈਨੂੰ ਜੋ ਪਤਾ ਚੱਲਿਆ ਕਿ ਸਰਕਾਰ ਬਹੁਤ ਵੱਡਾ ਫਰੋਡ ਖੇਲ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ। ਇਹ ਹਜੇ ਤੱਕ ਤਾਂ ਪਹਿਲੀ ਵਾਰੀ ਹੋਇਆ ਵੀ ਚੋਣਾਂ ਦੀ ਨੋਟੀਫਿਕੇਸ਼ਨ ਦੇ ਨਾਲ ਰੈਜ਼ਰਵੇਸ਼ਨ ਦੀ, ਪੰਚਾਇਤਾਂ ਦੀ ਨੋਟੀਫਿਕੇਸ਼ਨ ਨਹੀਂ ਹੋਈ। ਦੂਜੀ ਗੱਲ ਇਹ ਹੈ ਵੀ ਜਿਹੜੇ ਅਫਸਰਸ਼ਾਹੀ ਆ ਉਹਦੇ ਉੱਤੇ ਪੰਜਾਬ ਸਰਕਾਰ ਦੇ ਜਿਹੜੇ MLA ਨੇ, ਮੰਤਰੀ ਨੇ, ਉਹਨਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਵੀ ਕਦੇ ਫਲਾਣੇ ਨੂੰ ਰਿਜ਼ਰਵ ਕੀਤਾ ਜਾਵੇ, ਕਿਸੇ ਨੂੰ ਜਨਰਲ ਕਰਤਾ ਜਾਵੇ ਅਤੇ ਫਿਰ ਮਨ ਉਹ ਬਦਲ ਲੈਂਦੇ ਨੇ, ਫਿਰ ਵੀ ਫਲਾਣੇ ਫਿਰ ਚੇਂਜ ਕਰ ਲੈਂਦੇ ਨੇ। ਤੋ ਇਹਦੇ ਨਾਲ ਜਿਹੜੀ ਮਾਇਨੇ ਨੇ ਚੋਣ ਦੇ ਉਹ ਖਤਮ ਹੋ ਗਏ। ਅਤੇ ਮੈਂ ਤਾਂ ਹੈਰਾਨ ਹਾਂ ਵੀ ਜੋ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਇਹ ਦੇਖਣਾ ਚਾਹੀਦਾ ਸੀ ਵੀ ਜਿਹੜਾ ਰਿਜ਼ਰਵੇਸ਼ਨ ਹੈ ਉਹ ਪਹਿਲਾਂ ਕਰਕੇ ਜਿਹੜੀ ਹੈ ਰਿਲੀਜ਼ ਕੀਤੀ ਜਾਵੇ, ਉਦੋਂ ਬਾਅਦ ਇਲੈਕਸ਼ਨ ਦਾ ਨੋਟੀਫਿਕੇਸ਼ਨ ਕੀਤਾ ਜਾਂਦਾ। ਪਰ ਇਹਨਾਂ ਨੇ ਨੋਟੀਫਿਕੇਸ਼ਨ ਪਹਿਲਾਂ ਕਰਤਾ ਅਤੇ ਰਿਜ਼ਰਵੇਸ਼ਨ ਦੀ ਅੱਜ ਤੱਕ ਕਿਸੇ ਕੋਲ ਕੋਈ ਕਾਪੀ ਨਹੀਂ
ਇਹ ਸਾਫ ਜ਼ਾਹਰ ਕਰਦਾ ਵੀ ਇਹ ਸਰਕਾਰ ਜੇ ਸ਼ੁਰੂਆਤ 'ਚ ਹੀ ਘਪਲਾ ਕਰ ਰਹੀ ਹੈ ਤਾਂ ਅਸੀਂ ਕੀ ਆਸ ਰੱਖ ਸਕਦੇ ਹਾਂ ਵੀ ਇਹ ਕੀ ਜਿਹੜੀ ਹੈ ਸਹੀ ਢੰਗ ਦੇ ਨਾਲ ਚੋਣ ਹੋਏਗੀ। ਇਹ ਚੋਣ ਜਿਹੜੀ ਹੈ ਸਪਸ਼ਟ ਰੂਪ ਵਿੱਚ ਬਹੁਤ ਵੱਡਾ ਘਪਲਾ ਹੈ ਅਤੇ ਇਹ ਸ਼ੁਰੂਆਤ ਵੀ ਇਹਦਾ ਘਪਲਾ ਹੈ ਅਤੇ ਇਹਦਾ ਅੰਤ ਵੀ ਘਪਲੇ ਦੇ ਵਿੱਚ ਹੀ ਹੋਏਗਾ, ਮੈਂ ਦਾਅਵੇ ਨਾਲ ਕਹਿ ਸਕਦਾ। ਅਤੇ ਜਿਹੜੀ ਇੰਨੀ ਦਖਲਅੰਦਾਜ਼ੀ ਸਰਕਾਰ ਦੀ ਚੋਣਾਂ ਦੇ ਵਿੱਚ ਹੋਵੇ ਤਾਂ ਉਹ ਫਿਰ ਚੋਣਾਂ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ। ਸੋ ਇਹ ਗੱਲ ਅੱਜ ਸਾਡੇ ਸਾਰਿਆਂ ਨੂੰ ਸ਼ਰਮਸਾਰ ਕਰ ਰਹੀ ਹੈ ਵੀ ਆਮ ਆਦਮੀ ਸਰਕਾਰ ਜਿਹੜੀ ਇੱਕ ਇਮਾਨਦਾਰ ਅਤੇ ਸੱਚੀ ਸੁੱਚੀ ਸਰਕਾਰ ਆਪਦੇ ਆਪ ਨੂੰ ਕਹਿੰਦੀ ਸੀ, ਉਹਨੇ ਬੇਈਮਾਨੀ ਦੇ ਸਾਰੇ ਰਿਕਾਰਡ ਤੋੜਤੇ ਅਤੇ ਇਹ ਲੋਕਾਂ ਦੇ ਨਾਲ ਜਿਹੜੇ ਲੋਕਾਂ ਨੇ ਨੁਮਾਇੰਦੇ ਚੁਣਨੇ ਨੇ ਜਾਂ ਜਿਹਨਾਂ ਨੇ ਨੁਮਾਇੰਦੇ ਬਣਨਾ ਹੈ ਉਹਨਾਂ ਨਾਲ ਸਰਾਸਰ ਧੋਖਾ ਹੈ ਅਤੇ ਉਹਨਾਂ ਨਾਲ ਇਹ ਇੱਕ ਸਰਕਾਰ ਜਿਹੜੀ ਹੈ ਇਹ ਫਰੇਬ ਕਰ ਰਹੀ ਹੈ। ਸੋ ਅਸੀਂ ਇਹਦਾ ਖੰਡਨ ਕਰਦੇ ਹਾਂ ਅਤੇ ਮੈਂ ਇਲੈਕਸ਼ਨ ਕਮਿਸ਼ਨ ਜਿਹੜੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਉਹਨੂੰ ਬੇਨਤੀ ਕਰਦਾ ਵੀ ਚੋਣਾਂ ਨੂੰ ਰੱਦ ਕਰਕੇ ਨੋਟੀਫਿਕੇਸ਼ਨ ਤੋਂ ਬਾਅਦ ਜਿਹੜੀਆਂ ਨੇ ਇੱਕ ਵਾਰ ਰਿਜ਼ਰਵੇਸ਼ਨ ਬਾਅਦ ਫਿਰ ਚੋਣਾਂ ਦਾ ਐਲਾਨ ਕੀਤਾ ਜਾਵੇ ਅਤੇ ਨਾਲੇ ਅਸੀਂ ਕੋਰਟ ਦੇ ਵਿੱਚ ਵੀ ਜਾ ਕੇ ਅਪੀਲ ਕਰਾਂਗੇ ਵੀ ਇਹ ਜਿਹੜੀਆਂ ਚੋਣਾਂ ਨੇ ਰੱਦ ਕੀਤੀਆਂ ਜਾਣ ਕਿਉਂਕਿ ਇਹ ਸਰਕਾਰ ਬਹੁਤ ਵੱਡੇ ਪੱਧਰ 'ਤੇ ਇਹਦੇ 'ਚ ਘਪਲਾ ਕਰ ਰਹੀ ਹੈ। ਸੋ ਇਹੀ ਜਿਹੜੀ ਹੈ ਮੈਂ ਗੱਲ ਅੱਜ ਇਹ ਇਸ਼ੂ ਜਿਹੜਾ ਹੈ ਚੱਕਣਾ ਚਾਹੁੰਦਾ ਸੀ ਅਤੇ ਦੁਬਾਰੇ ਇਹ ਗੱਲ ਸਾਬਤ ਹੋ ਰਹੀ ਹੈ ਕਿ ਇਸ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੱਧ ਬੇਈਮਾਨ ਸਰਕਾਰ ਅੱਜ ਤੱਕ ਪੰਜਾਬ ਵਿੱਚ ਕੋਈ ਨਹੀਂ ਆਈ। ਸੋ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜਿਆ। 15 ਅਕਤੂਬਰ ਨੂੰ ਪੰਜਾਬ ਦੀਆਂ ਸਮੁੱਚੀਆਂ ਪੰਚਾਇਤਾਂ ਦੀ ਚੋਣ ਦੇ ਲਈ ਵੋਟਾਂ ਪੈਣਗੀਆਂ। 27 ਸਤੰਬਰ ਤੋਂ ਨੋਮੀਨੇਸ਼ਨ ਸ਼ੁਰੂ ਹੈ, 4 ਅਕਤੂਬਰ ਨੋਮੀਨੇਸ਼ਨ ਦੀ ਆਖਰੀ ਤਰੀਕ। ਇੰਨਾ ਲੰਬਾ ਸਮਾਂ ਚੋਣਾਂ ਲਟਕਾਉਣ ਦੇ ਬਾਵਜੂਦ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਨਹੀਂ ਕਰ ਸਕੀ। ਪਰਸੋਂ ਤੋਂ ਨੋਮੀਨੇਸ਼ਨ ਸ਼ੁਰੂ ਹੈ ਤੇ ਅੱਜ ਤੱਕ ਵੋਟਰ ਲਿਸਟਾਂ ਦਾ ਕੋਈ ਅਤਾ ਪਤਾ ਨਹੀਂ। ਇੱਕ ਦੋ ਵੀਡੀਓ ਸਹਿਬਾਨਾਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਵੋਟਰ ਲਿਸਟਾਂ ਉਹਨਾਂ ਕੋਲ ਵੀ ਨਹੀਂ ਪਹੁੰਚੀ ਤੇ ਪਰਸੋਂ ਨੂੰ ਨੋਮੀਨੇਸ਼ਨ ਭਰਨੀ ਕਿੱਦਾਂ। ਇਸੇ ਤਰੀਕੇ ਰਿਜ਼ਰਵੇਸ਼ਨ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਵੱਡੇ ਸ਼ੰਕੇ ਨੇ, ਮੁੱਖ ਮੰਤਰੀ ਦੇ ਉੱਤੇ ਸਰਕਾਰ ਦੇ ਉੱਤੇ ਬਹੁਤ ਵੱਡੇ ਇਲਜ਼ਾਮ, ਕਿਉਂਕਿ ਕਿਸੇ ਨੂੰ ਇਹੀ ਨਹੀਂ ਪਤਾ ਕਿ ਮੇਰਾ ਪਿੰਡ ਜਨਰਲ ਹੈ, SC ਰਿਜ਼ਰਵ ਹੈ, ਲੇਡੀ ਰਿਜ਼ਰਵ ਹੈ ਤੇ ਪਰਸੋਂ ਨੂੰ ਨੋਮੀਨੇਸ਼ਨ ਭਰਨੀ ਕਿੱਦਾਂ। ਸਰਕਾਰ ਦਾ ਸਾਰਾ ਧਿਆਨ ਪੰਜਾਬ ਨੂੰ ਛੱਡ ਕੇ, ਇਹ ਜਿਹੜੇ ਲੋਕਤੰਤਰ ਦੀ ਨੀਂਹ ਹੈ ਪੰਚਾਇਤਾਂ ਨੂੰ ਛੱਡ ਕੇ ਹਰਿਆਣੇ ਦੇ ਵਿੱਚ ਕੇਂਦਰਿਤ। ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਲੋਕਤੰਤਰ ਦੀ ਨੀਂਹ ਹੈ ਪੰਚਾਇਤ ਦੀਆਂ ਚੋਣਾਂ, ਸੁਹਿਰਦ ਤਰੀਕੇ ਦੇ ਨਾਲ ਪੰਜਾਬੀਆਂ ਦੀਆਂ ਚੋਣਾਂ ਕਰਾਓ, ਕਿਉਂਕਿ ਇਹ ਭਾਈਚਾਰਕ ਚੋਣਾਂ ਨੇ ਔਰ ਇਹ ਚੋਣਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜੀ ਧਾਂਦਲੀ ਹੈ ਉਹ ਪੰਜਾਬ ਦੇ ਜਿਹੜੇ ਸਾਡੇ ਸਮਾਜਿਕ ਰਿਸ਼ਤੇ ਨੇ ਉਹਨਾਂ ਨੂੰ ਵੀ ਖਰਾਬ ਕਰੂਗੀ ਤੇ ਸਰਕਾਰ ਨੂੰ ਇਹਦੇ ਖਮਿਆਜ਼ੇ ਭੁਗਤਣੇ ਪੈਣਗੇ। ਔਰ ਇੱਕ ਹੋਰ ਮੇਰੀ ਬੇਨਤੀ ਹੈ ਕਿ ਜਿਹੜੀਆਂ ਚੋਣਾਂ ਦਾ ਸਮਾਂ 8 ਘੰਟੇ ਰੱਖਿਆ ਗਿਆ, ਦੇਖੋ ਵਿਧਾਨ ਸਭਾ ਦੀਆਂ ਚੋਣਾਂ, ਲੋਕ ਸਭਾ ਦੀਆਂ ਚੋਣਾਂ, ਉਹਨਾਂ ਦੇ ਵਿੱਚ ਵੀ 10 ਘੰਟੇ ਨੇ ਔਰ ਉੱਥੇ ਜਿਹੜੀ ਵੋਟਿੰਗ ਪਰਸੈਂਟੇਜ ਆ ਉਹ 60-70% ਤੱਕ ਰਹਿੰਦੀ ਤੇ ਇਹ ਜਿਹੜੀ ਪੰਚਾਇਤਾਂ ਦੀਆਂ ਚੋਣਾਂ ਨੇ ਉਹਨੇ 90-90% ਤੱਕ ਪੋਲਿੰਗ ਹੁੰਦੀ ਹੈ। ਸੋ ਕਿਰਪਾ ਕਰਕੇ ਇਹ ਜਿਹੜਾ ਸਮਾਂ ਇਹ ਵੀ ਵਧਾਇਆ ਜਾਏ। ਸੋ ਸਰਕਾਰ ਇਹਦੇ ਕਨੀ ਧਿਆਨ ਦੇਵੇ ਔਰ ਜੋ ਵੀ ਲੋਕਾਂ ਦੇ ਸ਼ੰਕੇ ਨੇ ਉਹਨਾਂ ਨੂੰ ਦੂਰ ਕਰਕੇ ਬਹੁਤ ਸੁਹਿਰਦ ਤਰੀਕੇ ਦੇ ਨਾਲ ਇਹ ਚੋਣਾਂ ਦਾ ਜਿਹੜਾ ਕੰਮ ਹੈ ਉਹ ਨੇਪਰੇ ਚੜਾਇਆ ਜਾਵੇ। ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜਿਆ।
15 ਅਕਤੂਬਰ ਨੂੰ ਪੰਜਾਬ ਦੀਆਂ ਸਮੁੱਚੀਆਂ ਪੰਚਾਇਤਾਂ ਦੀ ਚੋਣ ਦੇ ਲਈ ਵੋਟਾਂ ਪੈਣਗੀ। 27 ਸਤੰਬਰ ਤੋਂ ਨੋਮੀਨੇਸ਼ਨ ਸ਼ੁਰੂ ਹੈ, 4 ਅਕਤੂਬਰ ਨੋਮੀਨੇਸ਼ਨ ਦੀ ਆਖਰੀ ਤਰੀਕ। ਇੰਨਾ ਲੰਬਾ ਸਮਾਂ ਚੋਣਾਂ ਲਟਕਾਉਣ ਦੇ ਬਾਵਜੂਦ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਨਹੀਂ ਕਰ ਸਕੀ। ਪਰਸੋਂ ਤੋਂ ਨੋਮੀਨੇਸ਼ਨ ਸ਼ੁਰੂ ਹੈ ਤੇ ਅੱਜ ਤੱਕ ਵੋਟਰ ਲਿਸਟਾਂ ਦਾ ਕੋਈ ਅਤਾ ਪਤਾ ਨਹੀਂ। ਇੱਕ ਦੋ ਵੀਡੀਓ ਸਾਹਿਬਾਨਾਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਵੋਟਰ ਲਿਸਟਾਂ ਉਹਨਾਂ ਕੋਲ ਵੀ ਨਹੀਂ ਪਹੁੰਚੀ ਤੇ ਪਰਸੋਂ ਨੂੰ ਨੋਮੀਨੇਸ਼ਨ ਭਰਨੀ ਕਿੱਦਾਂ। ਇਸੇ ਤਰੀਕੇ ਰਿਜ਼ਰਵੇਸ਼ਨ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਵੱਡੇ ਸ਼ੰਕੇ ਨੇ, ਮੁੱਖ ਮੰਤਰੀ ਦੇ ਉੱਤੇ, ਸਰਕਾਰ ਦੇ ਉੱਤੇ ਬਹੁਤ ਵੱਡੇ ਇਲਜ਼ਾਮ, ਕਿਉਂਕਿ ਕਿਸੇ ਨੂੰ ਇਹੀ ਨਹੀਂ ਪਤਾ ਕਿ ਮੇਰਾ ਪਿੰਡ ਜਨਰਲ ਹੈ, SC ਰਿਜ਼ਰਵ ਹੈ, ਲੇਡੀ ਰਿਜ਼ਰਵ ਹੈ, ਤੇ ਪਰਸੋਂ ਨੂੰ ਨੋਮੀਨੇਸ਼ਨ ਭਰਨੀ ਕਿੱਦਾਂ। ਸਰਕਾਰ ਦਾ ਸਾਰਾ ਧਿਆਨ ਪੰਜਾਬ ਨੂੰ ਛੱਡ ਕੇ, ਇਹ ਜਿਹੜੇ ਲੋਕਤੰਤਰ ਦੀ ਨੀਂਹ ਹੈ ਪੰਚਾਇਤਾਂ ਨੂੰ ਛੱਡ ਕੇ ਹਰਿਆਣੇ ਦੇ ਵਿੱਚ ਕੇਂਦਰਿਤ। ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਲੋਕਤੰਤਰ ਦੀ ਨੀਂਹ ਹੈ ਪੰਚਾਇਤ ਦੀਆਂ ਚੋਣਾਂ, ਸੁਹਿਰਦ ਤਰੀਕੇ ਦੇ ਨਾਲ ਪੰਜਾਬੀਆਂ ਦੀਆਂ ਚੋਣਾਂ ਕਰਾਓ, ਕਿਉਂਕਿ ਇਹ ਭਾਈਚਾਰਕ ਚੋਣਾਂ ਨੇ ਔਰ ਇਹ ਚੋਣਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜੀ ਧਾਂਦਲੀ ਹੈ ਉਹ ਪੰਜਾਬ ਦੇ ਜਿਹੜੇ ਸਾਡੇ ਸਮਾਜਿਕ ਰਿਸ਼ਤੇ ਨੇ ਉਹਨਾਂ ਨੂੰ ਵੀ ਖਰਾਬ ਕਰੂਗੀ ਤੇ ਸਰਕਾਰ ਨੂੰ ਇਹਦੇ ਖਮਿਆਜ਼ੇ ਭੁਗਤਣੇ ਪੈਣਗੇ। ਔਰ ਇੱਕ ਹੋਰ ਮੇਰੀ ਬੇਨਤੀ ਹੈ ਕਿ ਜਿਹੜੀਆਂ ਚੋਣਾਂ ਦਾ ਸਮਾਂ 8 ਘੰਟੇ ਰੱਖਿਆ ਗਿਆ, ਦੇਖੋ ਵਿਧਾਨ ਸਭਾ ਦੀਆਂ ਚੋਣਾਂ, ਲੋਕ ਸਭਾ ਦੀਆਂ ਚੋਣਾਂ, ਉਹਨਾਂ ਦੇ ਵਿੱਚ ਵੀ 10 ਘੰਟੇ ਨੇ ਔਰ ਉੱਥੇ ਜਿਹੜੀ ਵੋਟਿੰਗ ਪਰਸੈਂਟੇਜ ਆ ਉਹ 60-70% ਤੱਕ ਰਹਿੰਦੀ ਤੇ ਇਹ ਜਿਹੜੀ ਪੰਚਾਇਤਾਂ ਦੀਆਂ ਚੋਣਾਂ ਨੇ ਉਹਨੇ 90-90% ਤੱਕ ਪੋਲਿੰਗ ਹੁੰਦੀ ਹੈ। ਸੋ ਕਿਰਪਾ ਕਰਕੇ ਇਹ ਜਿਹੜਾ ਸਮਾਂ ਇਹ ਵੀ ਵਧਾਇਆ ਜਾਏ। ਸੋ ਸਰਕਾਰ ਇਹਦੇ ਕਨੀ ਧਿਆਨ ਦੇਵੇ ਔਰ ਜੋ ਵੀ ਲੋਕਾਂ ਦੇ ਸ਼ੰਕੇ ਨੇ ਉਹਨਾਂ ਨੂੰ ਦੂਰ ਕਰਕੇ ਬਹੁਤ ਸੁਹਿਰਦ ਤਰੀਕੇ ਦੇ ਨਾਲ ਇਹ ਚੋਣਾਂ ਦਾ ਜਿਹੜਾ ਕੰਮ ਹੈ ਉਹ ਨੇਪਰੇ ਚੜਾਇਆ ਜਾਵੇ। ਫਿਲਹਾਲ ਇਸ ਮਾਮਲੇ ਤੇ ਤੁਹਾਡੀ ਕੀ ਰਾਏ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ TV ਪੰਜਾਬ।